ਫਿਰ ਲੌਂਚ ਕੀਤੀ ਅਸੀਂ 50,000 ਦੇ ਕਰੀਬ ਕੈਪਸੂਲ ਜਿਹੜੇ ਸੀਗੇ ਉਹ ਬਰਾਮਦ ਕੀਤੇ, ਹੋਰ ਵੀ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ। ਅਤੇ ਉਹਦੀ ਇਨਵੈਸਟੀਗੇਸ਼ਨ ਦੌਰਾਨ ਹੀ ਇੱਕ ਮੈਡੀਕਲ ਸਟੋਰ ਸੀ ਜਿੱਥੋਂ ਲੈ ਕੇ ਆਉਂਦੇ ਸੀਗੇ, ਅਤੇ 24 ਤਰੀਕ ਨੂੰ ਉਹਨੂੰ ਇੱਕ ਸਾਨੂੰ ਇਹ ਪਤਾ ਲੱਗਾ ਕਿ ਜਿਹੜੇ ਨਸ਼ੀਲੀਆਂ ਦਵਾਈਆਂ ਜਾਂ ਗੋਲੀਆਂ ਕੋਈ ਵੀ ਆਉਂਦੀਆਂ ਵਾ ਇਹ ਥਰੂ ਕੋਰੀਅਰ ਬਿਲਟੀ ਰਾਹੀਂ ਆਉਂਦਾ ਇੱਥੇ ਸਮਾਨ। ਫਿਰ ਅਸੀਂ ਉਹ ਉਹਨਾਂ ਦਾ ਇਹਦਾ ਰਿਕਾਰਡ ਚੈੱਕ ਕੀਤਾ ਕਿ ਬਿਲਟੀ ਕਿਹਦੇ ਕਿਹਦੇ ਕੋਲ ਆਉਂਦੀ ਹੈ। ਫਿਰ 24 ਤਰੀਕ ਨੂੰ 20,000 ਗੋਲੀ ਇਹਨੂੰ ਥਰੂ ਬਿਲਟੀ ਆਈ। ਉਸ ਤੋਂ ਬਾਅਦ ਅੰਬਾਲੇ ਤੋਂ ਅਸੀਂ ਚੈੱਕ ਕੀਤਾ ਬਿਲਟੀ ਆਈ ਹੈ। ਫਿਰ ਅੰਬਾਲੇ ਤੋਂ ਜਿਹੜਾ ਬਿਲਟੀ ਕੀਤੀ ਹੈ ਰਾਹੁਲ ਨਾਂ ਦਾ ਲੜਕਾ ਆ, ਉਹਦੀ ਪੁੱਛਗਿੱਛ ਇਹ ਹੈ ਕਿ ਉਹ ਸਮਾਨ ਜਿਹੜਾ ਸਹਾਰਨਪੁਰ ਤੋਂ ਲੈ ਕੇ ਆਉਂਦੇ ਸੀ ਥਰੂ ਰੋਡ ਜਾਂ ਥਰੂ ਆਪਣੇ ਬਾਈ ਟ੍ਰੇਨ ਜਾਂ ਰੋਡ, ਅਤੇ ਅੰਬਾਲੇ ਤੋਂ ਇਹਨੂੰ ਉੱਥੋਂ ਬਿਲਟੀ ਕਰ ਦਿੰਦੇ, ਇਹ ਇੱਥੋਂ ਆ ਕੇ ਰਿਸੀਵ ਕਰ ਲੈਂਦਾ ਹੈ। ਅਤੇ ਕੱਲ੍ਹ ਜਿਹੜਾ ਵਾ ਇਹ ਮੈਡੀਕਲ ਸਟੋਰ, ਹਰਸ਼ ਮੈਡੀਕਲ ਸਟੋਰ ਹੈ ਕਮਲਜੀਤ ਕੁਮਾਰ ਲੜਕਾ, ਇਹਨੂੰ ਵੀ ਅਰੈਸਟ ਕੀਤਾ ਆ। 15,000 ਗੋਲੀ ਇਹਦੇ ਕੋਲ ਸਾਨੂੰ ਹੋਰ ਰਿਕਵਰ ਹੋਈ ਹੈ, ਇਹਨੇ ਬਰਾਮਦ ਕਰਵਾਈ ਸਨ। ਸਾਨੂੰ ਹੁਣ ਤੱਕ ਅਸੀਂ 5 ਬੰਦੇ 'ਚ ਅਰੈਸਟ ਕਰ ਚੁੱਕੇ ਹਾਂ, ਅਤੇ ਫਰਦਰ ਤਫਤੀਸ਼ ਸਾਡੀ ਜਿਹੜੀ ਇਹ ਜਾਰੀ ਹੈ, ਕਿਉਂਕਿ ਜੇ ਸਹਾਰਨਪੁਰ ਕਿੱਥੋਂ ਇਹ ਜਿਹੜੀ ਕੰਪਨੀ ਸੀਗੀ ਉਹ ਸਮਾਨ ਕਿਹੜੀ ਫਰਮ ਦਾ ਸੀਗਾ, ਜੋ ਵੀ ਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੁਣ ਤੱਕ ਅਸੀਂ ਜਿਹੜੇ 5 ਬੰਦੇ ਇਹਨਾਂ ਨੂੰ ਗ੍ਰਿਫਤਾਰ, ਸਾਡੇ ਕੋਲ ਕਰੀਬ 85-90,000 ਗੋਲੀ ਜਿਹੜੀ ਹੈ ਉਹ ਇੱਥੇ ਰਿਕਵਰ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਅਜੇ ਚੱਲ ਰਹੀ ਹੈ, ਤਾਂ ਇਹਨਾਂ ਦੀ ਜਿਹੜਾ ਵਾ ਹੁਣ ਇਹਦੀ ਅਰੈਸਟ ਪਈ ਹੈ, ਕੱਲ੍ਹ ਰਿਮਾਂਡ 'ਤੇ ਅੱਜ ਲਿਆ ਕੇ, ਅਤੇ ਹੁਣ ਆਸ ਆ ਕਿ ਹੋਰ ਵੀ ਇਹਦੇ ਕੋਲ ਜਿਹੜਾ ਵਾ ਬਰਾਮਦ ਹੋਏ। ਨਹੀਂ ਅਜੇ ਤੱਕ ਤਾਂ ਸਾਨੂੰ ਇੰਨਾ ਕੁ ਲੱਗਾ ਕਿ ਆਪਣੇ ਡਿਸਟ੍ਰਿਕਟ 'ਚ ਜਿਹੜਾ ਵਾ ਇਹ ਕਰਦਾ ਜੀ, ਬਿਲਕੁਲ ਜਾਂਚ ਕਰ ਰਹੇ ਹਾਂ ਜੀ ਇਹ, ਮਤਲਬ ਜਿਹੜਾ ਕੋਰੀਅਰ ਕਿੱਦਾਂ ਉੱਥੋਂ ਜਾਂਦਾ ਸੀਗਾ, ਉਹਦੀ ਬਿਲਿੰਗ ਕਿੱਦਾਂ ਹੁੰਦੀ ਸੀ, ਕੀ ਹੈ ਇਹਦਾ, ਉਹ ਸਾਰੀ ਜਾਂਚ ਉਹਦੀ ਕਰਾਂਗੇ ਬਿਲਕੁਲ। ਹਾਂ ਜਦੋਂ ਇਹ ਕੋਰੀਅਰ ਉੱਥੋਂ ਕਰਦੇ ਸੀਗੇ ਪਤਾ ਲੱਗਿਆ ਵੀ ਉਹ ਜਿਹੜਾ ਬਿੱਲ ਸੀਗਾ ਉਹ ਇਹ ਜਾਲੀ ਬਿੱਲ ਤਿਆਰ ਕਰਦੇ ਸੀ ਬਿਲਕੁਲ। ਇਹ ਮਤਲਬ ਤੁਹਾਨੂੰ ਦੱਸਿਆ ਨਾ ਵੀ ਪਾਰਟਸ ਕਰਦੇ ਸਹਾਰਨਪੁਰ ਤੋਂ ਅੰਬਾਲੇ, ਅੰਬਾਲੇ ਤੋਂ ਕੋਰੀਅਰ, ਫਿਰ ਕੋਰੀਅਰ ਤੋਂ ਇਹਨੂੰ ਇੱਥੋਂ ਲੈ ਕੇ ਜਾਂਦੇ, ਇਹ ਫਿਰ ਗਾਹ ਮੈਡੀਕਲ ਸਟੋਰ ਛੋਟ ਇਹ ਤਾਂ ਚਲੋ ਅਸੀਂ ਸਾਡੀ ਜਿਹੜੇ ਡਿਸਟ੍ਰਿਕਟ ਦੇ ਹੈਗੇ ਨੇ ਨਾਰਕਟਿਕ ਸੈੱਲ ਜਾਂ ਹੋਰ ਏਜੰਸੀਆਂ ਜਿਹੜੀਆਂ ਆਪਣੇ ਬਣੇ ਲੋਕਲ ਮਗਰ ਲੱਗੇ ਸੀ ਇਹਨਾਂ ਦੇ, ਅਤੇ ਉਸ ਤੋਂ ਬਾਅਦ ਪੂਰੀ ਇਨਫੋਰਮੇਸ਼ਨ ਅਤੇ ਜੋ ਵੀ ਇਹਨਾਂ ਨੂੰ ਸਾਨੂੰ ਪਹਿਲਾਂ ਮਿਲਦੀ ਰਹੀ ਇਨਫੋਰਮੇਸ਼ਨ ਇਹਦੇ ਪਿੱਛੇ ਲੱਗੇ ਰਹੇ ਸੀਗੇ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ। ਪਹਿਲਾਂ 2 ਬੰਦੇ ਫੜੇ, ਉਹਨਾਂ ਨੂੰ ਪੁੱਛਿਆ ਗਾ, ਉਹ ਕਹਿੰਦੇ ਜੀ ਮੈਡੀਕਲ ਸਟੋਰ ਤੋਂ ਸਮਾਨ ਲਿਆਂਦਾ। ਫਿਰ ਮੈਡੀਕਲ ਸਟੋਰ ਵਾਲਾ ਉਹਦਾ ਜਦੋਂ ਬਿਲਟੀਆਂ ਚੈੱਕ ਕੀਤੀਆਂ ਕਿੱਥੋਂ ਆਇਆ, ਉਹ ਅੰਬਾਲੇ ਤੋਂ ਆਈ, ਫਿਰ ਅੰਬਾਲੇ ਵਾਲੇ ਬੰਦੇ ਫੜੇ, ਫਿਰ ਉਹਨੇ ਦੱਸਿਆ ਅਸੀਂ ਸਹਾਰਨਪੁਰ ਤੋਂ ਲਿਆਉਂਦੇ, ਫਿਰ ਸਹਾਰਨਪੁਰ ਤੋਂ ਇੱਕ ਬੰਦਾ ਅਰੈਸਟ ਕੀਤਾ। ਇਹ ਕੋਰੀਅਰ ਕੇ ਦੁਆਰਾ ਆਇਆ ਤਾ ਜੀ? ਕਾਸ ਕੋਰੀਅਰ ਕੇ। ਇਹ ਹੰਸੇ ਅੰਬਾਲੇ ਸੇ ਕਿਹਾ ਜੀ, ਇਹ ਯਹਾਂ ਸੇ ਫੋਨ ਗਿਆ ਤਾ, ਦੋਸਤੀ ਗਾਣੇ ਵੀ ਕਿਹਾ ਤਾ ਜੀ। ਅਭੀ ਤੋ ਇੱਕ ਮਹੀਨੇ ਹੋਏ ਜੀ, ਤੁਹਾਡਾ ਹੀ ਮਹੀਨਾ। ਇਹ ਯਹਾਂ ਪੇ ਤੋ 1,20,000 ਗੋਲੀ ਆਈ ਹੈ। ਕਿੰਨੀ? 1,20,000 ਸਪਲਾਈ ਕਰ ਚੁੱਕੇ? ਹਾਂ ਬਸ। ਕਹਾਂ ਕਹਾਂ ਪੇ? ਇਹੀਂ ਪੇ ਦਿਆ ਸਰ, ਗੁਰਦਾਸਪੁਰ। ਗੁਰਦਾਸਪੁਰ ਇਹ ਬੰਦੇ, 2 ਬੰਦੇ ਆਵੇ ਹੈ ਸਰ, 6 ਬੰਦੇ ਸਰ, ਉਹ ਸਰ ਇਧਰ ਕੇ ਹੈ ਸਰ। ਇਹ ਸਰ ਕਿਆ ਨਾਮ, ਇਧਰ ਸੇ ਆੜੇ ਦੇਤੇ ਉਹਨੇ, ਹਮੇ ਪਤਨ ਤਾਂ ਸਰ ਕਿ ਇਹ ਕੰਮ ਹਮੇ ਦਵਾਈ ਦਿਲਾ ਦੋ, ਔਰ ਹਮ ਇਸਕੋ ਦਵਾਈ ਦਿਲਾ ਦੇ ਸਰ। ਇਧਰ ਸੇ ਕਹਾ ਤਾ ਸਰ, ਕਿਆ ਨਾਮ ਹੈ ਆਪਕਾ, ਵਿਕਾਸ ਹਰਸ, ਹਰਸ ਸਰ, ਹਰਸ, ਔਰ ਇਸਕਾ ਫਰੈਂਡ ਤਾ ਸਰ, ਉਸਕਾ ਵਿੱਕੀ, ਉਹ ਸੌਰਵ, ਹਮੇ ਸਰ ਪੁਲਿਸ ਨੇ ਅੰਬਾਲੇ ਸੇ ਪਕੜਾ ਸਰ। ਸਰ ਵੈਸੇ ਆਪਣਾ ਨੋਰਮਲ ਕੰਮ ਕਹਿੰਦੇ, ਹਮੇ ਪਤਾ ਨਹੀਂ ਸਰ, ਅੰਬਾਲੇ ਸੇ ਬੇਚਤੇ ਸਰ। ਸਰ ਪਹਿਲੇ ਵਾਰ ਕਿਹਾ ਤਾ ਸਰ, ਅਣਜਾਣੇ ਮੋ ਗਿਆ ਸਰ।